ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਬੰਦੇ ਆਏ ਸੀ ਸਿਰਫ ਕਬਜ਼ਾ ਕਰਨ ਆਏ ਸੀ ਗੁਰੂ ਘਰ 'ਤੇ। ਗੁਰੂ ਘਰ ਦੇ ਕਬਜ਼ੇ ਨੂੰ ਲੈ ਕੇ ਜੀ ਅੱਜ ਘੱਟੋ ਘੱਟ ਨਹੀਂ ਤਾਂ 50 ਬੰਦੇ ਠੀਕ ਪਹੁੰਚੇ ਆ, 25 ਬੰਦੇ ਬਣ ਨਾਂਗ ਜਥੇਬੰਦੀਆਂ ਪਤਾ ਕਿੱਥੋਂ ਕਿੱਥੋਂ ਲਿਆਉਂਦੇ ਆ ਕਰਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸਭਾ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ, ਸਿਰਫ ਕਹਿੰਦੇ ਸੀ ਕਬਜ਼ਾ ਹੀ ਕਰਨਾ ਬਸ। ਸ਼ਸਤਰ ਸੀ, ਸ਼ਸਤਰ ਹਰੇਕ ਬੰਦੇ ਕੋਲ ਸ਼ਸਤਰ ਸੀ। ਤੁਹਾਡਾ ਵੀਡੀਓ ਬਰਾਬਰ ਕਰ ਲਓ, ਠੀਕ ਹੈ ਜੀ, ਕੈਮਰੇ ਲੱਗੇ ਆ ਗੁਰਦਾਸ ਸਾਹਿਬ, ਇਕੱਲੇ ਇਕੱਲੇ ਵੀਡੀਓ ਲੱਗੇ ਆ, ਇਕੱਲੇ ਇਕੱਲੇ ਤਾਂ ਤੁਸੀਂ ਕਢਾ ਸਕਦੇ ਹਾਂ। ਮੇਰੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਵੀ ਨਹੀਂ ਕੀਤੀ, ਮੈਂ ਤਾਂ ਉਹਨੂੰ ਕਿਹਾ ਸੀ ਪਹਿਲਾਂ ਮੈਂ ਉਹਦਾ ਗੋਲੇ ਇੰਨੇ ਮਤਲਬ ਸਾਡੇ ਛੋੜਵੀਂ ਕੀਤੀ ਦੇ ਜਿਹੜੇ ਮੈਂ ਆਪਣੇ ਜਿਹੜੇ ਆ ਵਰਕਰ ਆ ਜਿਹੜੇ ਕੰਮ ਕਰਦੇ ਇੰਨੇ ਗਿਰ ਚੁੱਕੇ ਆ, ਉਹਨਾਂ ਨੇ ਇਹ ਨਹੀਂ ਕਿਹਾ ਵੀ ਮਤਲਬ ਅਸੀਂ ਗੁਰੂ ਸਾਹਿਬ ਦੇ ਜਾ ਕੇ ਮਾੜੀ ਤਾਵੇ 'ਚ ਮੱਥਾ ਟੇਕੀਏ, ਕੋਈ ਮੱਥਾ ਨਹੀਂ ਟੇਕਿਆ, ਕੋਈ ਮੇਰੇ ਨਾਲ ਗੱਲ ਨਹੀਂ ਕੀਤੀ। ਠੀਕ ਹੈ, ਇਨਕੁਆਇਰੀ ਤੋਂ ਬਾਅਦ ਸ਼੍ਰੀ ਗੁਰਦਾਸ ਸਾਹਿਬ ਨੇ ਜਿਹੜਾ ਇਹ ਹੁਕਮ ਆ ਇਹ ਜਾਰੀ ਕੀਤਾ, ਆ ਤੁਸੀਂ ਲਿਖਿਆ ਉਹਦੇ ਵਿੱਚ ਇੰਨੀ ਗੱਲ ਆ, ਅਤੇ ਅਸੀਂ ਮੈਂ ਸ਼੍ਰੀ ਗੁਰਦਾਸ ਸਾਹਿਬ ਤੋਂ ਆਇਆ ਅਤੇ ਮੇਰੀ ਇਹ ਜ਼ਿੰਮੇਵਾਰੀ ਆ, ਠੀਕ ਆ ਜੀ, ਅਤੇ ਇਹਨੂੰ ਜਿਹੜਾ ਲਾਗੂ ਕਰਨਾ। ਅੱਜ ਫਿਰ ਆਪਣਾ ਕੀ ਮਕਸਦ ਸੀ ਜੀ ਇੱਥੇ? ਅਸੀਂ ਤਾਂ ਸਿਰਫ ਇਹੀ ਹੈ ਵੀ ਦੇਖੋ ਸ਼੍ਰੀ ਗੁਰਦਾਸ ਸਾਹਿਬ ਦਾ ਜਿਹੜਾ ਹੁਕਮ ਹੈ ਇਹਨੂੰ ਤਾਂ ਟਾਲਿਆ ਨਹੀਂ ਜਾ ਸਕਦਾ, ਠੀਕ ਹੈ, ਅਤੇ ਅਸੀਂ ਕਹਿੰਦੇ ਹਾਂ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਦੀ ਵੀ ਰਹਿ ਜਾਵੇ, ਠੀਕ ਹੈ, ਦੋਵੇਂ ਧਿਰਾਂ ਜਿਹੜੀਆਂ ਅਤੇ ਉਹ ਪਿਆਰ ਸਤਿਕਾਰ ਦੇ ਨਾਲ ਹੀ ਜਿਹੜਾ ਪ੍ਰਬੰਧ ਹੈ ਉਹ ਆਪਣਾ ਉਹਨਾਂ ਦੇ ਬੰਦੇ ਜਿਹੜੇ ਆ ਉਹਨਾਂ ਦੇ ਮੈਂਬਰ ਕੀਤੇ ਆ, ਇਹ ਨਹੀਂ ਵੀ ਕੋਈ ਇੱਕ ਧਿਰ ਨੂੰ ਪ੍ਰਬੰਧ ਦੇਣਾ, ਉਹ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਇਸ ਕਰਕੇ ਜਿਹੜੇ ਉਹਨਾਂ ਦੇ ਮੈਂਬਰ ਜਿੱਤੇ ਆ 3 ਜਿੱਤੇ ਉਹਨਾਂ ਦੇ, ਠੀਕ ਹੈ, ਉਹਨਾਂ ਨੂੰ ਵੀ ਨਾਲ ਦੇਵਾਂਗੇ, ਉਹਨਾਂ ਨੂੰ ਵੀ ਮਤਲਬ ਵੀ ਪੂਰੀ ਨੁਮਾਇੰਦਗੀ ਜਿਹੜੀ ਮਿਲੂ ਜੀ ਇਹਦੇ 'ਚ, ਠੀਕ ਹੈ, ਪਰ ਜਿਹੜਾ ਸੰਗਤ ਦਾ ਸਾਰਾ ਇਤਰਾਜ਼ ਆ ਨਾ ਸੰਗਤ ਦਾ ਜ਼ਿਆਦਾ ਜਿਹੜਾ ਹੈਗਾ ਪ੍ਰਧਾਨ ਜੀ 'ਤੇ ਆ, ਕਿਉਂਕਿ ਪ੍ਰਧਾਨ ਜੀ ਪ੍ਰਧਾਨ ਉਹਨਾਂ 'ਤੇ ਆ, ਅਤੇ ਬਾਕੀ ਕੋਈ ਗੱਲ ਨਹੀਂ ਉਹਨਾਂ ਦੇ, ਬਸ ਇਹਨਾਂ ਦਾ ਹੀ ਗੁਰਦੁਆਰਾ ਪਟਰੋਲੀ ਵਾਲਿਆਂ ਦਾ ਹੀ ਗੁਰਦੁਆਰਾ, ਬਾਹਰੋਂ ਤਾਂ ਕੋਈ ਮੈਂਬਰ ਬਣਦੇ ਹੀ ਨਹੀਂ, ਨਾ ਬਣ ਦਿੰਦੇ ਆ ਇਹ, ਸੋ ਇਸ ਕਰਕੇ ਪ੍ਰਬੰਧ ਨੂੰ ਚਲਾਉਣ ਦੇ ਲਈ ਇਹ ਸਾਰਾ ਜਿਹੜਾ ਹੈਗਾ ਸ਼੍ਰੀ ਗੁਰਦੁਆਰਾ ਦਾ ਹੁਕਮ ਹੋ ਚੁੱਕਿਆ, ਐਵੇਂ ਨਹੀਂ ਹੋਇਆ ਇਹਦੀ ਬਕਾਇਦਾ ਇਨਕੁਆਇਰੀ ਹੋ ਚੁੱਕੀ।
ਕੋਰਟ ਵਾਲਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਕੋਰਟ ਦਾ ਇਹਨਾਂ ਵਿੱਚ ਜੋ ਹੋਊਗਾ ਇਸ ਇਹਦਾ ਕੋਰਟ ਨਾਲ ਕੋਈ ਸੰਬੰਧ ਨਹੀਂ ਇਸ ਮਤਲਬ ਸ਼੍ਰੀ ਅਕਾਲਤਾ ਸਾਹਿਬ ਦਾ ਹੁਕਮ ਹੈ। ਠੀਕ ਹੈ, ਬੋਡੀ ਤਾਂ ਇਹਨਾਂ ਦੀ ਜਿਹੜੀ ਹੈ ਜੋ ਵੀ ਇਹਨਾਂ ਦੇ ਮਤਲਬ ਕਿ ਇਨਕੁਆਇਰੀ ਹੋਈ ਆ ਉਹਦੇ ਵਿੱਚ ਬੋਡੀ ਤਾਂ ਬਣ ਚੁੱਕੀ ਹੋਈ ਆ। ਠੀਕ ਹੈ ਨਾ, ਹਾਂ ਇਹ ਤਾਂ ਸ਼੍ਰੀ ਅਕਾਲ ਤਖ਼ਤ ਦਾ ਲਾਸਟ ਹੁਕਮ ਆ ਚੁੱਕਿਆ ਨਾ, ਮਤਲਬ ਹੁਕਮ ਦੀ ਕਾਪੀ ਇਲੈਕਸ਼ਨ ਤਾਂ ਹੋਇਆ ਹੀ ਨਹੀਂ, ਬੈਠ ਕੇ ਗੱਲ ਕਰਦੇ ਹਾਂ। ਬਾਕੀ ਦੇਖੋ ਇਹ ਸ਼੍ਰੀ ਅਕਾਲ ਤਖ਼ਤ ਫਾਈਨਲ ਹੁਕਮ ਹੋ ਚੁੱਕਿਆ, ਜੇ 6 ਮੈਂਬਰ ਹੁੰਦੇ ਆ ਹਾਂਜੀ ਮੈਂ ਮੈਨੂੰ ਤਾਂ ਜਿਹੜਾ ਸ਼੍ਰੀ ਅਕਾਲਤਾ ਸਾਹਿਬ ਦਾ ਹੁਕਮ ਆਇਆ ਮੈਂ ਤਾਂ ਉਹਨੂੰ ਲਾਗੂ ਕਰਨ ਵਾਸਤੇ ਆਪਾਂ ਨੂੰ ਸਾਹਿਬ ਹੈ ਨਾ, ਆਪਾਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ। ਕੋਈ ਨਹੀਂ, ਮੈਂ ਦੇ ਦਿੰਦਾ, ਮੈਂ ਪੀ ਏ ਸਾਹਿਬ ਦਾ ਦੇਣਾ ਤੁਹਾਨੂੰ, ਸ਼੍ਰੀ ਅਕਾਲ ਤਖ਼ਤ ਸਾਹਿਬ ਪੀ ਏ ਸਾਹਿਬ ਨਹੀਂ, ਇੱਕੋ ਹੀ ਗੱਲ ਹੈ, ਉਹ ਇੱਕੋ ਹੀ ਗੱਲ ਹੈ, ਉਹ ਪੀ ਏ ਸਾਹਿਬ ਜਿਹੜੇ ਨੇ ਸ਼੍ਰੀ ਅਕਾਲਤਾ ਸਾਹਿਬ ਦੇ ਸਿੰਘ ਸਾਹਿਬ ਦੇ, ਹਾਂ ਉਹਨਾਂ ਕੋਲ ਜਾਂਦੀ ਹੈ ਇਨਕੁਆਇਰੀ, ਮੈਂ ਨਹੀਂ ਕੀਤੀ, ਉਹਨਾਂ ਨੇ ਇਨਕੁਆਇਰੀ ਕਰਵਾਈ ਹੈ, ਇਨਕੁਆਇਰੀ ਕਰਨ ਤੋਂ ਬਾਅਦ ਜਿਹੜਾ ਹੈਗਾ ਆਹ ਜਿਹੜਾ ਹੁਕਮ ਆ ਉਹ ਤੁਹਾਡੇ ਸਾਹਮਣੇ ਆ। ਨਹੀਂ ਨਹੀਂ, ਇਹਦੇ ਵਿੱਚ ਲਿਖਿਆ ਨਾ ਵੀ ਨਵੀਂ ਕਮੇਟੀ ਜਿਹੜੀ ਚੁਣੀ ਗਈ, ਨਵੀਂ ਕਮੇਟੀ ਆ ਨਾ, ਹਾਂਜੀ ਹਾਂਜੀ, ਉਹਨਾਂ ਨੂੰ ਚਾਰਜ ਸੌਂਪਿਆ ਜਾਵੇ 19 ਤਰੀਕ ਨੂੰ, ਹਾਂਜੀ, ਜਦਕਿ ਇੱਥੇ ਤਾਂ ਕਮੇਟੀ ਵਾਲੇ ਚੁਣੀ ਨਹੀਂ ਹੋਈ। ਚਲੋ ਉਹ ਇਹਨਾਂ ਨੇ ਦੇਖਣਾ ਕੀ ਆ, ਹੁਣ ਅਸੀਂ ਜਾਂਦੇ ਹਾਂ ਆਦਮਪੁਰ, ਉੱਥੇ ਬੈਠ ਕੇ ਗੱਲਬਾਤ ਕਰਦੇ ਹਾਂ ਜਾਂ ਕੀ ਕਰਨਾ, ਕੀ ਉਹੀ ਅਸੀਂ ਉਹੀ ਕਲੀਅਰ ਕਰਨਾ ਚਾਹੁੰਦੇ ਜਿਹਨਾਂ ਨੇ ਪੜਤਾਲ ਕੀਤੀ ਆ, ਆਪਾਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਜਦ ਹਾਲੇ ਕਮੇਟੀ ਦੀ ਚੋਣ ਹੀ ਨਹੀਂ ਹੋਈ, ਫਿਰ ਇਹ ਕਿੱਦਾਂ ਕਮੇਟੀ ਆ ਜਾਂ ਸਾਬਕਾ ਪ੍ਰਧਾਨ ਆ ਜੋ ਇਹਦੇ ਵਿੱਚ ਲਿਖੀ। ਮੈਂ ਤੁਹਾਨੂੰ ਨਾ ਨੰਬਰ ਦੇ ਦਿੰਦਾ, ਹਾਂਜੀ ਤੁਸੀਂ ਨੰਬਰ ਲੈ ਲਓ, ਤੁਸੀਂ ਗੱਲਬਾਤ ਕਰੋ। ਦੇਖੋ ਭਾਅ ਜੀ, ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਬੜੇ ਪਿਆਰ ਸਤਿਕਾਰ ਦੇ ਨਾਲ ਇਹਨਾਂ ਦਾ ਮਸਲਾ ਲਓ ਜਿਵੇਂ, ਬਾਕੀ ਹੁਣ ਮੈਂ ਥਾਣੇ ਚੱਲਿਆ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੀ ਹੈ ਨਾ ਗੱਲਬਾਤ। ਹਲੇ ਆਪਾਂ, ਮੈਂ ਤਾਂ ਆਇਆ ਹੀ ਹਾਂ ਹਲੇ, ਹਲੇ ਮਤਲਬ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ, ਅਤੇ ਜੇ ਉੱਧਰ ਨੂੰ ਗੱਲ ਜਾਂਦੀ ਆ ਉਹ ਵੀ ਆਪਾਂ ਸੰਗਤ ਦੀ ਸਹਿਮਤੀ ਦੇ ਨਾਲ ਜੋ ਵੀ ਹੋਇਆ ਨਾ, ਕਿਉਂਕਿ ਸੰਗਤ ਵੱਡੀ ਆ, ਸੰਗਤ ਦੀ ਸਹਿਮਤੀ ਦੇ ਨਾਲ ਹੀ ਪਾਉਂ ਸਾਰਾ ਵਿਚਾਰ। ਹਲੇ ਮੈਂ ਹਲੇ ਕੁਛ ਕਹਿ ਨਹੀਂ ਸਕਦਾ, ਕਿਉਂਕਿ ਮੈਂ ਤਾਂ ਹਲੇ ਆਇਆ ਅਤੇ ਮੇਰੀ SHO ਸਾਹਿਬ ਦੇ ਨਾਲ ਸਿਰਫ ਇੰਨੀ ਗੱਲ ਹੋਈ ਆ, ਉਹ ਕਹਿੰਦੇ ਆਦਮਪੁਰ ਆ ਜਾਓ ਤੁਸੀਂ, ਠੀਕ ਆ, ਉੱਥੇ ਬੈਠ ਕੇ ਅਸੀਂ ਗੱਲਬਾਤ ਕਰਦੇ ਹਾਂ। ਮੈਂ ਵੀ ਆਪਣੇ ਆਪ ਦੇਖੋ, ਅਸੀਂ ਨਾ ਇਹਨਾਂ ਨੂੰ ਬਕਾਇਦਾ SSP ਸਾਹਿਬ ਨੂੰ, DC ਸਾਹਿਬ ਨੂੰ ਲਿਖ ਕੇ ਦਿੱਤਾ ਸੀ ਵੀ 1 ਵਜੇ ਅਸੀਂ ਜਿਹੜਾ ਹੈਗਾ ਵੀ ਇੱਥੇ ਆਉਣਾ, ਠੀਕ ਆ, ਇਹ ਪ੍ਰਬੰਧ ਦੇ ਸੰਬੰਧ ਵਿੱਚ, ਇਸ ਕਰਕੇ ਉਹਨਾਂ ਨੇ ਪੁਲਿਸ ਫੋਰਸ ਭੇਜੀ ਹੋਈ ਆ। ਅਤੇ ਚਲੋ ਉਹ ਉਹਨਾਂ ਨੇ ਦੇਖਣਾ ਉਹਦਾ ਕੀ ਕਾਰਨ ਹੈ ਵੀ ਉਹਨਾਂ ਨੇ ਉੱਥੇ ਬੁਲਾਇਆ, ਉਹ ਸਾਡੇ ਡਿਊਟੀ ਸਾਹਿਬ ਬੈਠੇ ਹੁਣ ਵੱਡੇ ਸਿੰਘ ਹੋਰ ਬੈਠੇ, ਪਰ ਉਹਨਾਂ ਨੇ ਸਾਨੂੰ ਸੱਦਿਆ ਅਤੇ ਅਸੀਂ ਜਾਵਾਂਗੇ। ਦੂਜੀ ਪਾਰਟੀ ਦੀ ਪੜਤਾਲੀ ਰਿਪੋਰਟ 'ਤੇ ਕੁਐਸਚਨ ਮਾਰਕ ਆ, ਬੰਦਿਆਂ ਦੇ ਬਿਆਨ ਨਹੀਂ ਲਏ ਗਏ, ਉਹ ਕਹਿੰਦੇ ਨੇ ਇਹ, ਉਹ ਇਹ ਕਹਿੰਦੇ ਨੇ, ਚਲੋ ਅਸੀਂ ਦੇਖ ਲਈ ਪੱਕ ਨਹੀਂ ਜਾਣਿਆ, ਕੋਈ ਸਾਨੂੰ ਉਹ ਦੱਸੋ ਜੀ ਜਿਹੜਾ ਪੱਕ ਹੀ ਦੇਖਿਆ ਨਹੀਂ, ਪੱਕ ਨਹੀਂ ਜਾਣਿਆ ਨੰਬਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਬੰਦੇ ਆਏ ਸੀ ਸਿਰਫ ਕਬਜ਼ਾ ਕਰਨ ਆਏ ਸੀ ਗੁਰੂ ਘਰ 'ਤੇ, ਸਾਡੇ ਪਿੰਡਾਂ ਨੇ ਸ਼ਿਕਾਇਤ ਕੀਤੀ ਆ ਵੀ ਜਿਹੜਾ ਆ ਸਾਡੀ ਇਲੈਕਸ਼ਨ ਅਸੀਂ ਜੁੜ ਚੁੱਕੇ ਹਾਂ ਵੀ ਇਹ ਗੁਰਮਰਜ਼ਾਦਾ ਭੰਗ ਕਰਦੇ ਆ, ਸਾਨੂੰ ਕੋਈ ਮੰਗ ਨਹੀਂ ਕੀਤੀ, ਸਾਨੂੰ ਕੋਈ ਪੁੱਛ ਗਿੱਛ ਨਹੀਂ ਕੀਤੀ। ਦੇਖੋ ਮੈਂ ਜਿਹੜਾ ਮੇਰਾ ਪਰਿਵਾਰ ਆ, ਠੀਕ ਹੈ,
ਮੇਰੇ 70 ਸਾਲ ਮੇਰੇ ਫਾਦਰ ਅਕਾਲੀ ਦਲ ਜੁੜੇ ਰਹੇ ਆ, ਮੇਰਾ ਖੁਦ ਮੇਰਾ ਡੈਡੀ 37 ਸਾਲ ਪਿੰਡ ਦਾ ਸਮੇਂ 'ਚ ਰਿਹਾ, ਜਿਹੜਾ ਮੇਰਾ ਫਾਦਰ ਸਾਹਿਬ ਆ 1996 ਤੋਂ ਲੈ ਕੇ ਮਨ ਤਿੱਕਰ 2010 ਤਿੱਕਰ SBGC ਦੇ ਮੈਂਬਰ ਆ। ਅਸੀਂ ਧਾਰਮਿਕ ਖਿਆਲਾਂ ਦੇ ਨਾਲ ਜੁੜੇ ਹਾਂ, ਮੈਂ ਵੀ ਖੁਦ ਮੈਂ ਗੁਰੂ ਘਰ ਨਾਲ ਜੁੜਿਆ, ਠੀਕ ਆ। 9 ਸਾਲ ਤੋਂ ਮੈਂ ਇਸ ਗੁਰੂ ਘਰ ਦੀ ਪਹਿਲਾਂ ਵੈਸ ਪ੍ਰਧਾਨ ਸੀ, ਮੈਂ ਹੁਣ ਪ੍ਰਧਾਨ ਦੇ ਤੌਰ 'ਤੇ ਮੈਂ ਸੇਵਾ ਕਰ ਰਿਹਾ। ਵੋਟਿੰਗ ਪੂਰੀ ਕੰਪਲੀਟ ਨਹੀਂ ਹੋਈ ਸੀ, ਇਹਨੇ ਪਹਿਲਾਂ ਰੌਲਾ ਪਾ ਰੱਖਿਆ। ਪਹਿਲਾਂ ਕਿਉਂਕਿ ਜਿਹੜੇ ਸਾਡੇ ਪਿੰਡ ਦੇ ਵਿੱਚ 150 ਸਾਲ ਦੇ ਬੰਦੇ ਰਹਿੰਦੇ ਆ, ਸਾਡੀ ਜਿਹੜਾ ਸੰਵਿਧਾਨ ਕਹਿੰਦਾ ਸੀ, ਸੰਵਿਧਾਨ ਕਹਿੰਦਾ ਜੀ ਇਹਨੇ ਸੰਵਿਧਾਨ 2003 'ਚ ਬਣਾਇਆ ਸੀ ਬਜ਼ੁਰਗਾਂ ਨੇ, ਇਹਨੇ ਸੰਵਿਧਾਨ ਲਕੂ ਰੱਖਿਆ। ਇਹਨੇ ਕਿਹਾ ਸੀ ਵੀ ਜਿਹੜੇ ਬੰਦਾ ਆ ਪਿੰਡ ਦਾ ਵਾਸੀ ਆ ਉਹ ਵੋਟ ਪਾਊਗਾ, ਫਿਰ ਇਹਨੇ ਸ਼ਰਤ ਰੱਖ ਲਈ ਜੀ 2 ਕਨਾਲ ਦੀ ਜ਼ਮੀਨ ਦੀ ਸ਼ਰਤ ਹੋਊਗੀ, ਠੀਕ ਆ। ਉਹ ਜੇ ਸੰਵਿਧਾਨ ਦੇ ਹਿਸਾਬ ਨਾਲ ਸੀ, ਉਹ ਤੋਂ ਬਾਅਦ ਲੱਭਿਆ ਗਿਆ ਸੰਵਿਧਾਨ ਦੇ ਹਿਸਾਬ ਨਾਲ, ਜਿਹੜਾ ਸੰਵਿਧਾਨ ਦੇ ਹਿਸਾਬ ਨਾਲ ਜਿਹੜੀ ਇਲੈਕਸ਼ਨ ਹੁੰਦੀ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਬੰਦਾ ਜ਼ਮੀਨ ਜਿਹਦੇ ਨਾਲ ਮਰਲਾ ਵੀ ਨਾ ਹੋਵੇ ਉਹ ਇਲੈਕਸ਼ਨ ਲੜ ਸਕਦਾ, ਪਰ ਜਿਹਨੇ ਵੋਟ ਪਾਉਣੀ ਆ ਉਹਦੇ ਨਾਲ ਜ਼ਮੀਨ ਹੋਣੀ ਲਾਜ਼ਮੀ, ਜਮ੍ਹਾਂਬੰਦੀ ਜ਼ਰੂਰੀ ਆ। ਇਲੈਕਸ਼ਨਾਂ ਜੀ ਸਾਡੇ ਜਿਹੜੀਆਂ 8 ਟ੍ਰੇਨੀਆਂ 3 ਕੰਪਲੀਟ ਹੋ ਚੁੱਕੀਆਂ, ਠੀਕ ਹੈ ਜੀ, ਅਤੇ 2 ਟ੍ਰੇਨੀਆਂ ਰੌਲਾ ਸੀ ਉਹ ਪੈਂਡਿੰਗ ਪਈਆਂ। ਇੱਕ ਤਾਂ ਸੱਤਾਂ ਦਾ ਪਹਿਲਾਂ ਅਸੀਂ 7ਵੀਂ 8ਵੀਂ ਤਾਂ ਕਲੀਅਰ ਹੋਈ ਸੀ, ਇਹਨੇ ਕਿਹਾ ਵੀ ਜ਼ਮੀਨ ਜਿਹੜੀ ਫੜਦੇ ਆ ਉਹ ਲਿਆ ਕੇ ਦਊਗਾ ਬੰਦਾ, ਠੀਕ ਹੈ ਜੀ। ਉਹ ਗੱਲ ਕਲੀਅਰ ਹੋ ਗਈ ਆ ਵੀ ਉਹ ਜਿਹੜੀ ਜ਼ਮੀਨ ਆ ਉਹਦੇ ਹੋਵੇ ਚਾਹੇ ਨਾ ਹੋਵੇ ਉਹ ਮੈਂਬਰ ਬਣ ਸਕਦਾ। ਗੁਰੂ ਘਰ ਦੇ ਕਬਜ਼ੇ ਨੂੰ ਲੈ ਕੇ ਜੀ ਅੱਜ ਘੱਟੋ ਘੱਟ ਨਹੀਂ 50 ਬੰਦੇ ਠੀਕ ਪਹੁੰਚੇ ਆ, 25 ਬੰਦੇ ਬਣ ਨਾਂਗ ਜਥੇਬੰਦੀਆਂ ਪਤਾ ਕਿੱਥੋਂ ਕਿੱਥੋਂ ਲਿਆਉਂਦੇ ਆ ਕਰਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਨਾ ਕੋਈ ਲਿਖਤੀ ਨੋਟੀਫਿਕੇਸ਼ਨ ਕੁਛ ਵੀ ਨਹੀਂ ਸਾਨੂੰ ਆਇਆ, ਸਾਨੂੰ ਤਾਂ ਸਿਰਫ ਇਹੀ ਕਿਹਾ ਗਿਆ ਵੀ ਅਸੀਂ ਆਵਾਂਗੇ। ਅਸੀਂ ਮਤਲਬ 9 ਵਜੇ ਆਏ ਹਾਂ, 7 ਵਜੇ ਅਸੀਂ ਆ ਗਏ ਹਾਂ, 9 ਵਜੇ ਆਉਣਾ ਹੋਵੇ 10 ਵਜੇ ਆਉਣਾ, ਫਿਰ ਦੇ ਲਓ ਬਈ 12 ਵਜੇ ਤੋਂ ਲੈ ਕੇ ਕਹਿੰਦੇ 12 ਵਜੇ ਟੈਲੀਫੋਨ ਕੀਤੇ, 100 ਟੈਲੀਫੋਨ ਕੀਤਾ ਵੀ ਆਉਣਾ ਆਉਣਾ ਜੀ ਆਉਣਾ, ਠੀਕ ਹੈ ਜੀ, ਨਹੀਂ ਆਏ। ਫਿਰ ਅਸੀਂ ਮਤਾ ਪਾਇਆ ਵੀ ਆਏ ਨਹੀਂ, ਇੰਨੇ ਜੇ ਵੇਟ ਕਰਦੇ ਬੰਦੇ ਸਾਰੇ ਪਰੇਸ਼ਾਨ, ਗਰਮੀ ਬਹੁਤ ਜ਼ਿਆਦਾ ਆ, ਕਹਿੰਦੇ ਜਿਹੜੇ ਸਾਡੇ ਬਜ਼ੁਰਗ ਮੈਂਬਰ ਆ ਬਜ਼ੁਰਗ ਆ, ਫਿਰ ਅਸੀਂ ਫਿਰ ਉਹ ਟੈਲੀਫੋਨ ਕੀਤਾ, ਫਿਰ ਆ ਕੇ 1:15 ਆਏ ਆ, 1:15 ਸਾਡੇ ਨਾਲ ਕੋਈ ਗੱਲ ਨਹੀਂ ਕੀਤੀ, ਸਿਰਫ ਕਹਿੰਦੇ ਸੀ ਕਬਜ਼ਾ ਹੀ ਕਰਨਾ ਬਸ। ਸ਼ਸਤਰ ਹਰੇਕ ਬੰਦੇ ਕੋਲ ਸ਼ਸਤਰ ਸੀ, ਤੁਹਾਡਾ ਵੀਡੀਓ ਫੋਟੋਗ੍ਰਾਫਰ ਕਰ ਲਓ, ਠੀਕ ਹੈ ਜੀ, ਕੈਮਰੇ ਲੱਗੇ ਆ ਗੁਰਦੁਆਰਾ ਸਾਹਿਬ, ਇਕੱਲੇ ਇਕੱਲੇ ਵੀਡੀਓ ਲੱਗੇ ਆ, ਇਕੱਲੇ ਇਕੱਲੇ ਤਾਂ ਤੁਸੀਂ ਕਢਾ ਸਕਦੇ ਹਾਂ। ਮੇਰੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਵੀ ਨਹੀਂ ਕੀਤੀ, ਮੈਂ ਤਾਂ ਉਹਨਾਂ ਨੂੰ ਕਿਹਾ ਸੀ ਪਹਿਲਾਂ ਮੈਨੂੰ ਤਾਂ ਗੋਰੇ ਇੰਨੇ ਮਤਲਬ ਸਾਡੇ ਛੋਣਵੀਂ ਕੀਤੀ ਦੇ ਜਿਹੜੇ ਮੈਂ ਆਪਣੇ ਜਿਹੜੇ ਆ ਵਰਕਰ ਆ ਜਿਹੜੇ ਕੰਮ ਕਰਦੇ ਇੰਨੇ ਗਿਰ ਚੁੱਕੇ ਆ, ਉਹਨਾਂ ਨੇ ਇਹ ਨਹੀਂ ਕਿਹਾ ਵੀ ਮਤਲਬ ਅਸੀਂ ਗੁਰੂ ਸਾਹਿਬ ਦੇ ਜਾ ਕੇ ਮਾੜਾ ਜੀ ਤਾਬੇ 'ਚ ਮੱਥਾ ਟੇਕੀਏ, ਕੋਈ ਮੱਥਾ ਨਹੀਂ ਟੇਕਿਆ, ਕੋਈ ਮੇਰੇ ਨਾਲ ਗੱਲ ਨਹੀਂ ਕੀਤੀ, ਮੈਂ ਹੱਥ ਜੋੜਦਾ ਰਿਹਾ ਉਹਨਾਂ ਸਾਹਮਣੇ। ਮੈਨੂੰ ਖਾਦਸ਼ਾ ਹੈ ਇਹ ਮੈਨੂੰ ਮਰਾ ਵੀ ਸਕਦੇ ਆ, ਕਿਉਂਕਿ ਅੱਜ ਤੋਂ 2 ਮਹੀਨੇ ਪਹਿਲਾਂ ਮੈਨੂੰ 20 ਲੱਖ ਰੁਪਏ ਦੀ ਮੰਗ ਕੀਤੀ ਸੀ, ਕਹਿੰਦੇ ਵੀ ਮੈਂ ਅੱਤਵਾਦੀ ਬੋਲਦੇ ਜਿਹੜੇ ਨੇ ਤੇਰਾ ਪਰਿਵਾਰ ਮੇਰੇ ਤੋਂ ਮਾਰਦੇ ਜਾਊ, ਮੇਰਾ ਘਰੋਂ ਨਿਕਲਣਾ ਹੀ ਮੁਸ਼ਕਿਲ ਹੋਇਆ ਪਿਆ। ਗੱਲ ਦਾ ਨਵੇੜਾ ਕੋਈ ਨਹੀਂ, ਮੈਨੇ ਗੱਲੇ ਨਹੀਂ ਕੀਤੀ ਜੀ, ਆਏ ਵਿੱਚ SSO ਸਾਹਿਬ ਆ ਗਏ, ਪੁਲਿਸ ਆ ਗਏ ਸੀ, ਪੁਲਿਸ ਨੂੰ ਮੈਨੂੰ ਪਹਿਲਾਂ ਭਾਲ ਗਏ ਸੀ ਵੀ ਇਹ ਬੰਦੇ ਜਿਹੜੀਆਂ ਫਲੋਰ 'ਤੇ ਬੰਦੇ ਜਥੇਬੰਦੀਆਂ ਦੇ ਬੰਦੇ ਆਏ ਆ ਜਾਂ ਦੂਏ ਦੇ ਆਏ ਆ, ਇਹ ਕੱਲ੍ਹ
ਸਾਨੂੰ ਜਿਹੜੇ ਸਾਡੇ ਜਿਹੜੇ ਬੰਦੇ ਆ ਮੱਥਾ ਟੇਕਣਾਉਂਦੇ ਮੇਰੀ ਵਕਫ ਬਹੁਤ ਚੰਗੇ ਸੀ, ਧਰਮਿਕ ਸੰਸਥਾ ਨਾਲ ਜੁੜੇ ਆ। ਉਹਨੇ ਕੱਲ੍ਹ ਮੈਨੂੰ ਸ਼ਾਮੀ ਕਿਹਾ ਸੀ ਵੀ ਤੁਹਾਨੂੰ ਖਤਰਾ ਆ, ਬੰਦੇ ਬਹੁਤ ਬੰਦੇ ਇਕੱਠੇ ਕਰਕੇ ਤੁਹਾਡੇ 'ਤੇ ਛੋਂਗੇ ਟੀ ਨੇ ਨਾਲ ਲੈ ਕੇ ਤੁਹਾਡੇ ਕਬਜ਼ਾ ਕਰਨਗੇ। ਹਾਂਜੀ ਕਾਰਵਾਈ ਜ਼ਰੂਰ ਕਰਾਵਾਂਗੇ, ਕਾਰਵਾਈ ਕਰਾਉਣੀ ਚਾਹੀਦੀ ਆ, ਚਾਹਵਾਂਗੇ ਜ਼ਰੂਰ ਕਰਾਵਾਂਗੇ। ਅਸੀਂ ਮੈਂ ਖੁਦ ਐਸ ਬੀ ਜੀ ਸੀ ਪ੍ਰਧਾਨ ਨੂੰ ਮੈਂ ਟੈਲੀਫੋਨ ਲੈ ਕੇ ਮੈਂ ਸਾਡੇ ਇੰਨੇ ਪਰਿਵਾਰ ਸਾਡੇ ਨਾਲ ਕੀ ਹੋ ਰਿਹਾ, ਠੀਕ ਹੈ ਜੀ। ਬਾਕੀ ਸਾਰੀ ਜਿਹੜੀ ਲੀਡਰਸ਼ਿਪ ਆਈ ਆ ਪਾਰਟੀ ਦੀ, ਅਕਾਲੀ ਦਲ ਦੀ ਵੀ ਆਈ, ਦੂਏ ਵੀ ਧਾਰਮਿਕ ਸੰਸਥਾ ਦੇ ਬੰਦੇ ਆਏ, ਨਡੋਲਾ ਦੇ ਬਾਬਾ ਨਰਦਾਸ ਸਿੰਘ ਸੰਸਥਾ ਦੇ ਉੱਥੇ ਬੰਦੇ ਆਏ ਸੰਤ ਮਾਤਾ ਆਮਪੁਰ 'ਚ, ਉਹਨੇ ਵੀ ਨਿਖੇਧੀ ਕੀਤੀ ਵੀ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਆ। ਮੇਰਾ ਪਰਿਵਾਰ ਹਾਂ ਹੋਈ ਆ, ਮੈਨੂੰ ਨੋਟਿਸ ਕਹਿੰਦਾ ਮੈਂ ਉਹਨਾਂ ਨੂੰ ਧਾਮੀ ਨੂੰ ਕਿਹਾ ਵੀ ਦੇ ਲਓ ਵੀ ਸਾਡੇ ਪਰਿਵਾਰ ਨਾਲ ਤੁਸੀਂ ਸਾਹ ਸਜ਼ਾ ਨੂੰ ਦੇ ਰਹੇ ਸਜ਼ਾ। ਕਹਿੰਦੇ ਕਾਕਾ ਕੋਈ ਗੱਲ ਨਹੀਂ, ਕੁਛ ਨਹੀਂ ਕਰਦੇ ਕੁਛ ਨਹੀਂ ਕਰਦੇ, ਮੈਂ ਉਹ ਤਾਂ ਕਬਜ਼ਾ ਕਰਦੇ ਆ। ਮੈਨੂੰ ਖੁਦ ਮੈਂ ਉਹਨੂੰ ਕਿਹਾ ਵੀ ਕਬਜ਼ਾ ਕਰਨਾ ਹੈ, ਅਸੀਂ ਕਿੱਦਾਂ ਕਬਜ਼ਾ ਕਰਨ, ਕਿੱਦਾਂ ਹੋਰ ਕੀ ਤੁਸੀਂ ਕਰਾਉਣਾ ਚਾਹੁੰਦੇ ਆ। ਮੈਂ ਇਸ ਤੋਂ ਬਾਅਦ ਬੀਬੀ ਜਗੀਰ ਕੌਰ ਨਾਲ ਵੀ ਗੱਲ ਕੀਤੀ, ਮੈਂ ਸਾਡੇ ਪਰਿਵਾਰ ਨੂੰ ਸਜ਼ਾ ਦੇ ਰਿਹਾ ਤੁਸੀਂ, ਇਹ ਜਿਹੜਾ ਇਹ ਸਾਜਿਸ਼ ਆ, ਇਹ ਸਾਜਿਸ਼ ਜਿਹੜੀ ਆ ਸਾਡੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਆ ਉਸ ਪਰਿਵਾਰ ਦੀ ਸਾਜਿਸ਼ ਨਾਲ ਇੱਥੇ ਕੁਛ ਹੋ ਰਿਹਾ। ਪ੍ਰਸ਼ਾਸਨ ਮੰਨਦਾ ਇਹਨਾਂ ਦੇ ਕਾਰਵਾਈ ਕੀਤੀ ਜਾਵੇ, ਇਹਨਾਂ ਜਿਹੜੇ ਜਥੇਬੰਦੀਆਂ ਦੇ ਜਿਹੜੇ ਜੇ ਨਕਲੀ ਨਹੰਗ ਬਣ ਕੇ ਜੇ ਗੁਰੂ ਘਰਾਂ ਦੇ ਕਬਜ਼ਾ ਕਰਦੇ ਆ, ਜਿਹੜੇ ਕੋਈ ਕੰਮ ਨਹੀਂ ਕਰਦੇ, ਅਤੇ ਉਹਨਾਂ ਦੀ ਕਾਰਵਾਈ ਕਰਨੀ ਚਾਹੀਦੀ ਆ। ਪੁਲਿਸ ਪੁਲਿਸ ਪ੍ਰਸ਼ਾਸਨ ਸਭ ਪਤਾ, ਡੀ ਐੱਸ ਸੀ ਸਾਨੂੰ ਪਤਾ, ਠੀਕ ਹੈ, ਐੱਸ ਐੱਸ ਪੀ ਸਾਨੂੰ ਪਤਾ ਵੀ ਕਿੱਦਾਂ ਆਏ ਅੱਜ, ਕਿੰਨੇ ਪੁਲਿਸ ਇੱਥੇ ਆਈ ਬਾਅਦ 'ਚ, ਪੁਲਿਸ ਨੂੰ ਕਰਚਾ ਜੇ ਅਸੀਂ ਪੁਲਿਸ ਕੱਲ੍ਹ ਮੈਨੂੰ ਪਤਾ ਲੱਗ ਚੁੱਕਾ ਸੀ ਵੀ ਇਹਨੀ ਕੁਛ ਸ਼ਰਾਰਤ ਕਰ ਸਕਦੇ ਆ, ਮੈਂ ਕੱਲ੍ਹ ਐੱਸ ਐੱਚ ਓ ਨੂੰ ਆਪ ਜਾ ਕੇ ਮਿਲ ਕੇ ਆਇਆ, ਟੈਲੀਫੋਨ ਲੈ ਕੇ ਗੱਲ ਕਰਕੇ ਆਇਆ। ਇੱਕ ਇੱਕ ਜਿਹੜਾ ਮੈਨੂੰ ਇਹਨੀ ਪਹਿਲਾਂ ਇੱਕ ਵਾਰੀ ਮੈਨੂੰ ਬੰਦ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ, ਉਹਦਾ ਜਿਹੜਾ ਜਿਹੜਾ ਉੱਥੇ ਇਹਨਾਂ 8ਵੇਂ ਮੈਂਬਰ 'ਚ ਰਿਪੋਰਟ ਮੰਗੀ ਗਈ ਆ ਮਾਨਵ ਅਦਾਲਤ ਨੇ, ਹਾਈ ਕੋਰਟ ਨੇ, ਅਤੇ ਉਹਦੀ ਮੈਂ ਕਾਪੀ ਨਾਲ ਨੱਥੀ ਕਰਕੇ ਰਾਤ ਮੈਂ ਦੇ ਕੇ ਖੁਦ ਆਇਆ ਵੀ ਮੈਨੂੰ ਖਤਰਾ ਆ, ਸਾਡਾ ਪ੍ਰਬੰਧ ਕਰੋ। ਪਰ ਪ੍ਰਸ਼ਾਸਨ ਨੇ ਬੜੀ ਮਿਹਨਤ ਕੀਤੀ ਆ, ਪ੍ਰਸ਼ਾਸਨ ਨੇ ਸਵੇਰੇ ਮੈਂ ਕਿਹਾ 9 ਵਜੇ ਮਤਲਬ ਆਉਣਗੇ ਕੋਈ ਨਾ ਕੋਈ, ਪ੍ਰਸ਼ਾਸਨ ਨੇ ਬੜੀ ਮਿਹਨਤ ਕੀਤੀ ਆ, ਉਹਨੇ 5 ਵਜੇ ਸਵੇਰੇ ਪੁਲਿਸ ਆ ਚੁੱਕੀ ਸੀ। ਮੈਂ ਜੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਨਹੀਂ ਕਰੇਗਾ, ਮੈਂ ਹਾਈਕੋਰਟ ਜਾਵਾਂਗਾ, ਅੱਗੇ ਹਾਈਕੋਰਟ ਜਾਂ ਹੁਣ ਵੀ ਜਾ, ਇਹ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ, ਸ਼ਰੇਆਮ ਹੋ ਰਹੀ ਆ। ਮੈਂ ਗੁਰਭੇਜ ਸਿੰਘ ਜੀ ਆਏ ਸੀ ਇੱਕ ਦਿਨ ਇੱਥੇ, ਮੈਂ ਉਹਨੂੰ ਵੀ ਦੱਸਿਆ ਸੀ ਵੀ ਆਹ ਦੇਖੋ ਹਾਈਕੋਰਟ ਦੇ ਮਤਲਬ, ਮੈਂ ਉਹਨੂੰ ਕਾਪੀ ਦਿਖਾ ਲਈ, ਠੀਕ ਹੈ, ਜਿਹੜੀ ਇਹ ਕਾਪੀ ਆ ਮੈਂ ਐੱਸ ਬੀ ਜੀ ਸੀ ਦੇ ਪ੍ਰਧਾਨ ਨੂੰ ਵੀ ਦਿਖਾ ਚੁੱਕਾ ਵੀ ਮੈਨੂੰ ਖਤਰਾ, ਐੱਫ ਆਈ ਆਰ ਦੀ ਇਹ ਕਾਪੀ ਜਿਹੜੀ ਹੋਈ ਆ ਮੇਰੇ ਤੋਂ 20 ਲੱਖ ਰੁਪਇਆ ਮੰਗਿਆ, ਮੈਂ ਐੱਫ ਆਈ ਆਰ ਦੀ ਕਾਪੀ ਉਹ ਵੀ ਇਹਨਾਂ ਤੋਂ ਹੋਇਆ ਆਪਣੇ, ਉਹ ਵੀ ਕਾਪੀ ਨਾਲ ਦਿੱਤੀ ਆ ਜਿਹੜਾ ਮੇਰੇ 20 ਲੱਖ ਰੁਪਇਆ ਦੀ ਮੰਗ ਕੀਤੀ ਗਈ ਆ। ਹਾਂ ਪ੍ਰਭਾਸ਼ਨ ਸਾਹਿਬ ਮੈਨੂੰ ਕਹਿੰਦਾ ਵੀ ਤੁਸੀਂ ਦੋ ਗਨਮੈਨ ਰੱਖੋ ਨਾਲ, ਮੈਂ ਅਸੀਂ ਦਿੰਦੇ ਹਾਂ, ਪਰ ਮੈਂ ਤਾਂ ਗੁਰੂ ਘਰ 'ਚ ਰਹਿੰਦਾ ਸਾਰਾ ਦਿਨ, ਮੈਂ ਗਨਮੈਨ ਕੀ ਕਰਨੇ ਆ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ।